ਫਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਬਾਹਰ 26 ਨਵੰਬਰ ਤੋਂ ਦਿੱਤੇ ਜਾਣ ਵਾਲੇ ਧਰਨੇ ਨੂੰ ਲੈ ਕੇ ਪ੍ਰਤਾਪ ਬਾਗ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ ਆਯੋਜਿਤ। ਫਾਜ਼ਿਲਕਾ ਦੇ ਵਿੱਚ 26 ਨਵੰਬਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੀ ਯੋਜਨਾਬੰਦੀ ਨੂੰ ਲੈ ਕੇ ਅੱਜ ਇੱਕ ਮੀਟਿੰਗ ਪ੍ਰਤਾਪ ਬਾਗ ਦੇ ਵਿੱਚ ਆਯੋਜਿਤ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸਿੰਘ ਮਨਸਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਪੰਜਾਬ ਪ੍ਰਧਾਨ ਸਤਨਾਮ ਸਿੰਘ ਪੰਨੂ ਪਹੁੰਚੇ ਸਨ, ਜਿਨ੍ਹਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਡੀਸੀ ਦਫ਼ਤਰ ਦੇ ਬਾਹਰ 26 ਨਵੰਬਰ ਤੋਂ ਅਨਿਸ਼ਚਿਤਕਾਲੀਨ ਧਰਨਾ ਸ਼ੁਰੂ ਕੀਤਾ ਜਾਏਗਾ, ਜਿਸ ਦੀ ਤਿਆਰੀ ਦੀ ਅੱਜ ਸਮੀਖਿਆ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੁਝ ਮੰਗਾਂ ਰੱਖੀਆਂ ਗਈਆਂ, ਜਿਨ੍ਹਾਂ ਨੂੰ ਲੈ ਕੇ ਇਹ ਧਰਨਾ ਦਿੱਤਾ ਜਾਣਾ ਹੈ। ਦੇਖੋ, ਜਿਹੜੀ ਅੱਜ ਪ੍ਰਤਾਪ ਬਾਗ ਦੇ ਵਿੱਚ ਅਸੀਂ ਮੀਟਿੰਗ ਕਰ ਰਹੇ ਹਾਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫਾਜ਼ਿਲਕਾ ਦੇ ਜਿਹੜੇ ਜ਼ੋਨ 1 ਤੇ ਜ਼ੋਨ 2 ਦੀ ਮੀਟਿੰਗ ਹੋ ਰਹੀ ਆ। ਇਸ ਜਿਹੜੀ ਮੀਟਿੰਗ ਦਾ ਮਕਸਦ ਆ 26 ਤਰੀਕ ਨੂੰ 26 ਨਵੰਬਰ ਨੂੰ ਪੂਰੇ ਪੰਜਾਬ ਭਰ ਦੇ ਜਿਹੜੇ ਡੀਸੀ ਦਫ਼ਤਰਾਂ ਅੱਗੇ ਧਰਨੇ ਜਿਹੜੇ ਲੱਗ ਰਹੇ ਆ ਉਹਦੇ ਸੰਬੰਧੀ ਜਿਹੜੀ ਇਹ ਮੀਟਿੰਗ ਕੀਤੀ ਜਾ ਰਹੀ ਆ, ਔਰ ਉਸ ਧਰਨੇ ਦੇ ਵਿੱਚ ਜਿਹੜੀ ਅਹਿਮ ਜਿਹੜੀਆਂ ਮੇਨ ਮੰਗਾਂ ਹੈਗੀਆਂ ਉਹ ਮਜ਼ਦੂਰਾਂ ਕਿਸਾਨਾਂ ਦੀਆਂ ਹਰ ਵਰਗ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਉਹਦੇ ਵਿੱਚ ਜੇ ਆਪਾਂ ਗੱਲ ਕਰਕੇ ਵੇਖ ਲਈਏ, ਜਿਹੜੀ ਕੇਂਦਰ ਸਰਕਾਰ ਆ ਉਹ 23 ਫਸਲਾਂ ਦੀ ਜਿਹੜੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਕਰ ਰਹੀ ਸੀਗੀ। ਦਿੱਲੀ ਅੰਦੋਲਨ ਦੌਰਾਨ ਉਹਨਾਂ ਨੇ ਮੰਗੀ ਆ, ਔਰ ਉਹ ਜਿਹੜੀ ਹੁਣ ਉਸ ਗੱਲ ਤੋਂ ਮੁਕਰ ਚੁੱਕੀ ਆ, ਔਰ 23 ਫਸਲਾਂ ਦੀ ਜਿਹੜੀ ਖਰੀਦ ਦੀ MSP ਦੀ ਗਰੰਟੀ ਆ ਉਹ ਵੀ ਜਿਹੜਾ ਕਾਨੂੰਨ ਬਣਾਉਣ ਦੀ ਗੱਲ ਕੀਤੀ ਜਾਊਗੀ। ਹੋਰ ਇਹਦੇ ਵਿੱਚ ਕਾਫੀ ਜਿਹੜੇ ਮੁੱਦੇ ਹੈਗੇ ਆ, ਜਿੱਦਾਂ ਹਸਪੀਟਲ ਜਿਹੜੇ ਸਕੂਲ ਆ ਉਹ ਪ੍ਰਾਈਵੇਟ ਹੋ ਚੁੱਕੇ ਆ, ਔਰ ਇਹਨਾਂ ਦੇ ਜਿਹੜਾ ਉਹਨੂੰ ਜਿਹੜਾ ਸਰਕਾਰੀ ਕੀਤਾ ਜਾਵੇ, ਜਿੰਨੇ ਵੀ ਪ੍ਰਾਈਵੇਟ ਅਦਾਰੇ ਕੀਤੇ ਗਏ ਆ, ਉਸ ਤੋਂ ਬਾਅਦ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਜਿਹੜੀ ਸਰਕਾਰ ਆ ਉਹ ਜਿਹੜੇ ਕਿਸਾਨਾਂ ਮਜ਼ਦੂਰਾਂ ਤੇ ਹਰ ਵਰਗ ਦੇ ਜਿਹੜੇ ਬਿੱਲ ਥੋਪ ਰਹੀ ਆ, ਚਾਹੇ ਉਹ ਬਿਜਲੀ ਦਾ ਜਿਹੜਾ ਵੰਡ ਦਾ ਕਾਨੂੰਨ ਹੋਵੇ, ਚਾਹੇ ਉਹ ਪਾਣੀ ਦੇ ਕਾਨੂੰਨ ਬਣਾਏ ਜਾ ਰਹੇ ਹੋਣ, ਚਾਹੇ ਉਹ ਖੇਤੀ ਤੇ, ਸੋ ਇਹਨਾਂ ਕਾਫੀ ਸਾਰੇ ਮੁੱਦਿਆਂ ਦੇ ਜਿਹੜਾ ਪੂਰੇ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਅੱਗੇ ਧਰਨੇ ਲੱਗ ਰਹੇ ਆ, ਔਰ ਫਾਜ਼ਿਲਕਾ ਦੇ ਵੀ ਡੀਸੀ ਦਫ਼ਤਰ ਅਸੀਂ ਅੱਗੇ ਜਿਹੜਾ ਅਣਮਿੱਥੇ ਸਮੇਂ ਲਈ ਜਿਹੜਾ ਧਰਨਾ ਲਗਾਉਣ ਜਾ ਰਹੇ ਹਾਂ, ਔਰ ਉਹਦੀ ਜਿਹੜੀ ਤਿਆਰੀ ਲਈ ਜਿਹੜੀ ਅੱਜ ਅਸੀਂ ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਖੇ ਜਿਹੜੀ ਅੱਜ ਮੀਟਿੰਗ ਕਰ ਰਹੇ ਹਾਂ ਜੀ। ਜੀ ਸਰ, ਕੀ ਨਾਂ ਹੈ ਆਪਣਾ ਜੀ? ਮੈਂ ਸਤਨਾਮ ਸਿੰਘ ਪੰਨੂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ। ਅੱਜ ਤੁਹਾਡੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ, ਕੀ ਵਿਸ਼ਾ ਕੀ ਰੱਖਿਆ ਗਿਆ ਜੀ? ਹਾਂ, ਅੱਜ ਜਿਹੜੀ ਇਹ ਮੀਟਿੰਗ ਆ ਇੱਥੇ ਹੋ ਰਹੀ ਆ, ਸਾਡੇ ਦੋ ਜ਼ੋਨਾਂ ਦੀ ਸਾਰੇ ਕਿਸਾਨ ਮਜ਼ਦੂਰ ਬੀਬੀਆਂ ਭੈਣਾਂ ਉੱਥੋਂ ਆਈਆਂ ਹੋਈਆਂ ਵਾ ਪਿੰਡਾਂ ਤੋਂ। ਇਹਦੇ 26 ਤਰੀਕ ਨੂੰ ਜਿਹੜਾ ਨਵੰਬਰ ਨੂੰ ਧਰਨਾ ਲੱਗਣਾ ਵਾ ਉਹਦੀ ਤਿਆਰੀ ਵਜੋਂ ਆ। ਉੱਦਣ ਬਹੁਤ ਵੱਡੀ ਗਿਣਤੀ ਜਿਹੜੀ ਆ ਅਸੀਂ ਡੀਸੀ ਦਫ਼ਤਰ ਪੱਕਾ ਮੋਰਚਾ ਲਾਵਾਂਗੇ, ਉਹ ਮੋਰਚਾ ਲੰਮਾ ਚੱਲੂਗਾ, ਮੰਗਾਂ ਦੇ ਹੱਲ ਤੱਕ ਚੱਲੂਗਾ, ਪੂਰੇ ਪੰਜਾਬ 'ਚ ਲੱਗਣਾ, ਫਾਜ਼ਿਲਕੇ ਵੀ ਲੱਗਣਾ, ਬਾਕੀ ਪੰਜਾਬ 'ਚ ਵੀ ਲੱਗਣਾ। ਮੁੱਦੇ ਕੀ ਰਹਿਣਗੇ ਸਰ? ਹਾਂ, ਮੁੱਦੇ ਸਾਡੇ ਰਹਿਣਗੇ, ਇੱਕ ਤਾਂ ਕਰਜ਼ਾ ਕਿਸਾਨਾਂ ਮਜ਼ਦੂਰਾਂ ਸਿਰ ਜਿਹੜਾ ਉਹ ਤਾਂ ਲਕੀਰ ਫੇਰੀ ਜਾਵੇ, ਉਹਨਾਂ ਦੀਆਂ ਕੁਰਕੀਆਂ ਗ੍ਰਿਫਤਾਰੀਆਂ ਬੰਦ ਕੀਤੀਆਂ ਜਾਣ, ਉਹਨਾਂ ਦੀ ਦੋਹਰੀ ਗਰੰਟੀ ਲਈ ਚੈੱਕ ਲਏ ਹੋਏ ਆ ਖਾਲੀ ਉਹ ਸਾਰੇ ਵਾਪਸ ਕੀਤੇ ਜਾਣ। ਅਸੀਂ ਕਿਸੇ ਵੀ ਕਿਸਾਨ ਮਜ਼ਦੂਰ ਦੀ ਨਾ ਕਰਜ਼ੇ ਕਾਰਨ ਕੁਰਕੀ ਹੋਣ ਦੇਣੀ ਆ, ਨਾ ਗ੍ਰਿਫਤਾਰੀ ਹੋਣ ਦੇਣੀ ਆ, ਨਾ ਕਰਜ਼ਾ ਗਰਾਉਣ ਦੇਣਾ ਵਾ। ਜਿਸ ਤਰ੍ਹਾਂ ਕਾਰਪੋਰੇਟਰ ਦਾ ਨਾ ਸਾਡੇ ਕੋਲ ਦਲੀਲ ਆ ਵੀ ਜਿਸ ਤਰ੍ਹਾਂ ਨਾ ਕਾਰਪੋਰੇਟਰ ਦਾ ਕਰਜ਼ਾ ਖਤਮ ਕੀਤਾ ਵਾ, ਉਹਨਾਂ ਦਾ ਪਿਛਲੇ ਸਮੇਂ 'ਚ ਜੇ ਲਾਈਏ ਤਾਂ 15-20 ਸਾਲਾਂ 'ਚ 55 ਲੱਖ ਕਰੋੜ ਦਾ ਕਰਜ਼ਾ ਖਤਮ ਕਰ ਚੁੱਕੇ ਆ, ਆ ਪਿਛਲੇ 5 ਸਾਲਾਂ 'ਚ 10 ਲੱਖ ਕਰੋੜ ਦਾ ਕਰਜ਼ਾ ਖਤਮ ਕਰ ਚੁੱਕੇ ਆ, ਸਾਰੇ ਦੇਸ਼ ਦੇ ਕਿਸਾਨਾਂ ਸਿਰ 10 ਲੱਖ ਕਰੋੜ ਦਾ ਕਰਜ਼ਾ ਵਾ, ਤਾਂ ਫਿਰ ਉਹ ਕਿਉਂ ਨਹੀਂ ਖਤਮ ਹੁੰਦਾ? ਜੇ ਉਹਨਾਂ ਦਾ ਵੱਟੇ ਖਾਤੇ ਕਰਜ਼ਾ ਪਾਇਆ ਜਾ ਸਕਦਾ ਵਾ, ਤਾਂ ਫਿਰ ਕਿਸਾਨਾਂ ਦਾ ਕਰਜ਼ਾ ਵੱਟੇ ਖਾਤੇ ਪਾ ਕੇ ਮਰਨਾਊ ਕਰਜ਼ਾ ਲਾਣ ਕੇ ਇਹ ਕਰਜ਼ਾ ਖਤਮ ਕੀਤਾ ਜਾਵੇ, ਇੱਕ ਤੇ ਹੇਠ ਸਾਡੀ ਮੰਗ ਆ। ਇਸ ਤੋਂ ਇਲਾਵਾ 23 ਫਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ। ਪੰਜਾਬ ਸਰਕਾਰ ਜਿਹੜਾ ਕੇਰਲਾ ਦੀ ਤਰਜ਼ ਉੱਤੇ ਜਿੰਨੀਆਂ ਫਸਲਾਂ ਪੰਜਾਬ 'ਚ ਬੀਜੀ ਜਾਂਦੀਆਂ ਉਹਨਾਂ ਦੇ ਗਰੰਟੀ ਦਾ ਕਾਨੂੰਨ ਬਣਾਵੇ। ਜੇ ਉਹ ਕੇਰਲਾ ਦੀ ਸਰਕਾਰ ਬਣਾ ਸਕਦੀ, ਪੰਜਾਬ ਦੀ ਸਰਕਾਰ ਨੂੰ ਕੀ ਗੱਲ ਹੈ ਕਿ ਉਹ ਕਿਉਂ ਨਹੀਂ ਬਣਾਉਂਦੀ? ਇਹਦੇ ਨਾਲ ਬੜੇ ਮਸਲੇ ਹੱਲ ਹੋ ਜਾਣਗੇ। ਇੱਕ ਤਾਂ ਕਿਸਾਨਾਂ ਨੂੰ ਜਿਹੜਾ ਦਾਲ, ਤੇਲ, ਬੀਜ, ਜਿਹੜੇ ਹੋਰ ਚੀਜ਼ਾਂ, ਮਕਈ ਵਗੈਰਾ ਉਹ ਬੀਜਣਗੇ, ਅਤੇ ਕਣਕ ਝੋਨੇ ਦੇ ਗੇੜ 'ਚੋਂ ਨਿਕਲ ਜਾਣਗੇ। ਇਹਦੇ ਨਾਲ ਪਰਾਲੀ ਵਾਲਾ ਮੁੱਦਾ ਵੀ ਹੱਲ ਹੋ ਜੂ, ਅਤੇ ਧਰਤੀ ਹੈ ਜਿਹੜਾ ਪਾਣੀ ਨੀਵਾਂ ਜਾ ਰਿਹਾ ਉਹ ਵੀ ਮਸਲਾ ਜਿਹੜਾ ਉਹ ਹੱਲ ਹੋ ਜੂਗਾ। ਇਸ ਕਰਕੇ ਇਹ ਮੰਗ ਸਾਡੀ ਬੜੀ ਮਹੱਤਵਪੂਰਨ ਮੰਗ ਆ। ਇਸ ਦੇ ਨਾਲ ਜਿਹੜਾ ਬਿਜਲੀ ਵੰਡ ਕਾਨੂੰਨ ਆ, ਬਿਜਲੀ ਦੀ ਵੰਡ ਦਾ ਕਾਨੂੰਨ ਬਣਾਇਆ ਵਾ, ਮੋਟੀਵੇਸ਼ਨ ਕੀਤਾ ਕੇਂਦਰ ਸਰਕਾਰ ਨੇ, ਉਹ ਰੱਦ ਕਰੇ, ਕਿਉਂਕਿ ਉਹਦੇ ਨਾਲ ਬਿਜਲੀ ਸਪਲਾਈ ਸਾਰੀ ਪ੍ਰਾਈਵੇਟ ਹੋ ਜਾਣੀ ਆ, ਅਤੇ ਲੋਕਾਂ ਦੀ ਪਹੁੰਚ ਤੋਂ ਉਹ ਜਿਹੜੀ ਸਾਰੀ ਬਾਹਰ ਹੋ ਜਾਣੀ ਆ, ਅਤੇ ਪ੍ਰੀਪੇਡ ਮੀਟਰ, ਸਮਾਰਟ ਮੀਟਰ ਜਿਹੜੇ ਆ ਘਰਾਂ 'ਚ ਲੱਗ ਜਾਣੇ ਆ, ਉਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ ਵੀ ਸਮਾਰਟ ਮੀਟਰ ਨਹੀਂ ਲੱਗਣ ਦੇਣੇ। ਬਿਜਲੀ ਦੀ ਵੰਡ ਦਾ ਕਾਨੂੰਨ ਬਣਾਉਣ ਦੀ ਜਿਹੜੀ ਮੰਗ ਆ ਉਹ ਸਾਡਾ ਕਾਨੂੰਨ ਰੱਦ ਕੀਤਾ ਜਾਵੇ। ਇਹਦੇ ਨਾਲ ਜਿਹੜਾ ਪੰਜਾਬ ਸਰਕਾਰ ਨੇ ਇੱਕ ਪੰਚਾਇਤ ਐਕਟ ਬਣਾਇਆ ਵਾ, ਕਾਮਨ ਲੈਂਡ ਐਕਟ ਬਣਾ ਕੇ ਸੋਧ ਕਰਕੇ ਉਹਦੇ 'ਚ, ਅਤੇ ਮੁਸ਼ਤਰਕਾ ਖਾਤਿਆਂ ਦੀਆਂ ਜਿਹੜੀਆਂ ਜ਼ਮੀਨਾਂ ਵਾ, ਜੁਮਲਾ ਮੁਸ਼ਤਰਕਾ ਖਾਤਿਆਂ ਦੀਆਂ, ਉਹ ਪੰਚਾਇਤ ਨੂੰ ਦਿੱਤੀਆਂ, ਜਿਹਦੇ ਨਾਲ ਕੱਚੀਆਂ ਜ਼ਮੀਨਾਂ ਜਿਹੜੀਆਂ ਸਾਡੇ ਕਿਸਾਨ ਵਾਹੁੰਦੇ ਆ, ਜਿਹੜੇ ਉਹਨਾਂ ਦਾ ਰੁਜ਼ਗਾਰ ਆ, ਉਹਨਾਂ ਤੋਂ ਉਹਨਾਂ ਨੂੰ ਹੱਥ ਧੋਣੇ ਪੈਣਗੇ, ਅਤੇ ਉਹ ਸਰਕਾਰ ਉਹਨਾਂ ਦਾ ਜਾੜਾ ਕਰੂਗੀ,
ਉਹ ਕਾਨੂੰਨ ਰੱਦ ਕੀਤਾ ਜਾਵੇ ਅਤੇ ਕਿਸੇ ਵੀ ਕਿਸਾਨ ਦਾ ਜਿਹੜਾ ਜਾੜਾ ਵਾ ਪੰਜਾਬ ਦੇ ਵਿੱਚ ਉਹ ਨਾ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਉਹੀ ਉਹ ਰੋਜ਼ੀ ਰੋਟੀ ਹੈਗੀ ਆ। ਇਸੇ ਤਰੀਕੇ ਦੇ ਨਾਲ ਜਿਹੜਾ ਪਾਣੀਆਂ ਦਾ ਮਸਲਾ ਬਹੁਤ ਵੱਡਾ ਵਾ, ਪਾਣੀ ਪੰਜਾਬ ਦੇ ਜਿਹੜੇ ਆ ਉਹ ਸਾਰੇ ਗੰਦਲੇ ਕਰਤੇ ਗਏ ਆ, ਦਰਿਆਵਾਂ ਦਾ ਪਾਣੀ ਇਹ ਆਪਣਾ ਜਿਹੜਾ ਨਹਿਰਾਂ ਦਾ ਪਾਣੀ ਸਾਰਾ ਗੰਦਲਾ ਹੋ ਗਿਆ, ਧਰਤੀ ਹੇਠਲਾ ਪਾਣੀ ਸਾਰਾ ਗੰਦਲਾ ਹੋ ਗਿਆ, ਫੈਕਟਰੀਆਂ ਜਿਹੜੀਆਂ ਗੰਦਾ ਪਾਣੀ ਥੱਲੇ ਘੱਲ ਰਹੀਆਂ ਵਾ 1000 ਫੁੱਟ ਦੇ ਬੋਰ ਕਰਕੇ, ਅਤੇ ਇਸੇ ਤਰ੍ਹਾਂ ਸੀਵਰੇਜ ਦਾ ਜਿਹੜਾ ਦੂਜਾ ਫੈਕਟਰੀਆਂ ਉਹ ਦਰਿਆਵਾਂ 'ਚ ਪਾ ਰਹੀਆਂ ਵਾ, ਉਹ ਪਾਣੀ ਗੰਦਲਾ ਕਰਕੇ ਹੁਣ ਪਾਣੀ ਉਹ ਵੇਚਿਆ ਜਾ ਰਿਹਾ ਵਾ। ਨਹਿਰੀ ਪ੍ਰੋਜੈਕਟ ਲੱਗ ਰਹੇ ਆ ਜਿਹੜੇ ਕਈ ਥਾਵਾਂ ਦੇ ਉੱਤੇ, ਜਿਸ ਤਰ੍ਹਾਂ ਫਾਜ਼ਿਲਕੇ ਦੇ ਵਿੱਚ ਵੀ ਲੱਗ ਰਹੇ ਆ, ਅਤੇ ਉਹ ਸਾਡੀ ਇਹ ਵੀ ਉਹਦੇ ਸਾਰੇ ਪ੍ਰੋਜੈਕਟ ਆ ਜਿਹੜੇ ਵਰਲਡ ਬੈਂਕ ਦੇ ਜਾਂਦੇ ਹੱਥਾਂ 'ਤੇ ਲੱਗ ਰਹੇ ਰੱਦ ਕੀਤੇ ਜਾਣ ਅਤੇ ਪਾਣੀ ਨਾ ਵੇਚਿਆ ਜਾਵੇ। ਇਹ ਪਾਣੀ ਇੱਕ ਦਿਨ ਜਿਹੜਾ ਉਹ ਇਹਨਾਂ ਨੂੰ ਡੀਜ਼ਲ ਪੈਟਰੋਲ ਨੂੰ ਮਹਿੰਗਾ ਪਾਣੀ ਆਪਣੀ ਜਨਤਾ ਨੂੰ ਮਿਲੂਗਾ। ਜੋ ਚੀਜ਼ ਪ੍ਰਾਈਵੇਟ ਹੱਥਾਂ 'ਚ ਚੱਲ ਗਈ ਉਹੀ ਸਾਡੀ ਪਹੁੰਚ ਤੋਂ ਬਾਹਰ ਹੋ ਜੂਗੀ। ਸਾਡੀ ਮੰਗ ਆ ਸਕੂਲ, ਹਸਪਤਾਲ, ਸੜਕਾਂ, ਪੀਣ ਵਾਲਾ ਪਾਣੀ, ਬਿਜਲੀ ਸਾਰਾ ਜਿਹੜਾ ਉਹ ਸਰਕਾਰੀ ਹੱਥ 'ਚ ਰਹੇ ਤਾਂ ਹੀ ਲੋਕਾਂ ਨੂੰ ਸਹੂਲਤ ਮਿਲ ਸਕਦੀ ਆ। ਜਦੋਂ ਪ੍ਰਾਈਵੇਟ ਹੱਥਾਂ 'ਚ ਜਾ ਰਹੀ ਆ ਅਤੇ ਉਹ ਲੋਕ ਸਹੂਲਤੋਂ ਵਾਂਝੇ ਹੋ ਰਹੇ ਆ। ਇਹ ਸਾਡੀ ਪਾਣੀ ਵਾਲੀ ਮੰਗ ਜਿਹੜੀ ਆ ਬਹੁਤ ਵੱਡੀ ਪੰਜਾਬ ਦੇ ਪਾਣੀ ਬਚਾਉਣ ਦੀ ਆ, ਅਤੇ ਨਾਲ ਹੀ ਨਹਿਰੀ ਪਾਣੀ ਜਿਹੜਾ ਵਾ ਸਾਰੇ ਖੇਤਾਂ ਨੂੰ ਦਿੱਤਾ ਜਾਵੇ ਪੰਜਾਬੀਆਂ ਨੂੰ। ਉਹ ਇਸ ਵੇਲੇ ਬਿਲਕੁਲ ਉਹ ਥੋੜ੍ਹੀ ਜ਼ਮੀਨ ਨੂੰ ਦਿੱਤਾ ਜਾ ਰਿਹਾ, ਜਦੋਂ ਕਿ ਅੰਗਰੇਜ਼ਾਂ ਟਾਈਮ ਦੇ ਉੱਤੇ ਵੀ ਉਹ ਪਾਣੀ ਜਿਹੜਾ ਵਾ ਉਹ 42.45% ਜ਼ਮੀਨ ਨੂੰ ਲੱਗ ਰਿਹਾ ਸੀਗਾ, ਹੁਣ ਉਹ ਸਿਰਫ 28% ਨੂੰ ਲੱਗ ਰਿਹਾ ਵਾ, ਅਤੇ 8,77,000,000,000 ਏਕੜ ਫੁੱਟ ਪਾਣੀ ਜਿਹੜਾ ਪੰਜਾਬ ਦਾ ਉਹ ਪਤਾ ਨਹੀਂ ਲੱਗ ਰਿਹਾ ਕਿੱਥੇ ਜਾ ਰਿਹਾ ਵਾ, ਰਾਜਸਥਾਨ ਨੂੰ ਜਾ ਰਿਹਾ, ਹਰਿਆਣੇ ਨੂੰ ਜਾ ਰਿਹਾ ਜਾਂ ਪਾਕਿਸਤਾਨ ਨੂੰ ਜਾ ਰਿਹਾ। ਉਹ ਪਾਣੀ ਦਾ ਵੀ ਸਰਕਾਰ ਅੰਕੜੇ ਜਾਰੀ ਕਰੇ ਅਤੇ ਪਾਣੀ ਪੰਜਾਬ ਦੀਆਂ ਸਾਰੀ ਧਰਤੀ ਨੂੰ ਉਹ ਪਾਣੀ ਲਾਇਆ ਜਾਵੇ। ਉਹ ਵੀ ਸਾਡੇ ਇਸ ਮੰਗ ਪੱਤਰ ਦਾ ਹਿੱਸਾ ਵਾ। ਫਿਰ ਜਿਹੜਾ ਮਜ਼ਦੂਰਾਂ ਨੂੰ ਪਲਾਟ ਦੇਣੇ ਆ, ਮਜ਼ਦੂਰਾਂ ਨੂੰ ਪਿੰਸਰਾਂ ਦੀ ਗੱਲ ਆ ਉਹਨਾਂ ਦੀ, ਜਾਂ ਉਹਨਾਂ ਦੀ 1/3 ਹਿੱਸਾ ਪੰਚਾਇਤੀ ਜ਼ਮੀਨ 'ਚ ਉਹਨਾਂ ਦੇ ਹਿੱਸੇ ਦੀ ਗੱਲ ਆ, ਉਹ ਦਿੱਤਾ ਜਾਵੇ। ਅਤੇ ਇਹ 1972 ਜਿਹੜਾ ਐਕਟ ਬਣਿਆ ਵਾ, ਜਿਹੜਾ ਜਿਹੜੀ ਜ਼ਮੀਨ ਵਾਧੂ ਜ਼ਮੀਨ ਆ ਸਰਪਲਸ ਉਹ ਲੈ ਕੇ ਬੇਜ਼ਮੀਨਿਆਂ ਨੂੰ ਦਿੱਤੀ ਜਾਵੇ ਅਤੇ ਆਪਣੇ ਥੋੜ੍ਹੀ ਜ਼ਮੀਨਿਆਂ ਨੂੰ ਦਿੱਤੀ ਜਾਵੇ। ਉਹ ਜਿਹੜਾ ਬਿਜਲੀ ਆਪਣਾ ਜ਼ਮੀਨ ਦਾ ਜਿਹੜਾ ਹੱਦਬੰਦੀ ਕਾਨੂੰਨ ਆ ਉਹ ਲਾਗੂ ਕੀਤਾ ਜਾਵੇ, ਉਹ ਵੀ ਸਾਡੀ ਮੰਗ ਆ। ਇਸ ਤਰੀਕੇ ਦੇ ਨਾਲ ਬੇਅਦਬੀ ਜਿਹੜੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੀ ਉਹਦਾ ਇਨਸਾਫ ਲੋਕਾਂ ਨੂੰ ਦਿੱਤਾ ਜਾਵੇ। ਉਹ ਅਤੇ ਜਿਹੜੇ ਬੱਦੀ ਸਿੰਘ ਆ ਉਹ ਰਿਹਾਅ ਕੀਤੇ ਜਾਣ, ਅਤੇ ਜਿਨ੍ਹਾਂ ਨੇ ਦੋ ਸਿੰਘ ਮਾਰੇ ਆ ਆਪਣੇ ਉੱਥੇ ਉਹ ਸ਼ਾਂਤਪੁਰ ਧਰਨਾ ਲਾ ਕੇ 2015 'ਚ, ਉਹਨਾਂ ਨੂੰ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਅਤੇ ਇਹ ਸਾਡੀਆਂ ਮੰਗਾਂ ਵਾਂ। ਚਿੰਤਕ ਜਿਹੜੇ ਖੱਬੇ ਪੱਖੀ ਚਿੰਤਕ ਆ ਉਹ UPA 'ਚ ਸਰਕਾਰ ਨੇ ਅੰਦਰ ਨਜ਼ਰਬੰਦ ਕੀਤੇ ਹੋਏ ਆ, ਉਹਨਾਂ ਨੂੰ ਸਾਰਿਆਂ ਨੂੰ ਰਿਹਾਅ ਕੀਤਾ ਜਾਵੇ। ਉਹਨਾਂ 'ਚ ਵਕੀਲ ਵੀ ਆ, ਸਮਾਜਿਕ ਕਾਰਕੁਨ ਵੀ ਆ, ਉਹ ਵੀ ਰਿਹਾਅ ਕੀਤੇ ਜਾਣ। ਇਹ ਸਾਡੀ ਮੰਗ ਆ। ਅਤੇ ਇਹਨਾਂ ਮੰਗਾਂ ਦੇ ਉੱਤੇ ਹੋਰ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਸਾਰੇ ਵਰਗਾਂ ਦੀਆਂ ਮੰਗਾਂ ਵਾਂ। ਪੱਕੇ ਮੁਲਾਜ਼ਮ ਜਿਹੜੇ ਕੱਚੇ ਉਹ ਪੱਕੇ ਕੀਤੇ ਜਾਣ, ਸਾਰੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਠੀਕ ਹੈ ਜੀ। ਇਹ ਜਿਹੜੇ ਲੱਖਾਂ ਸਾਮੀਆਂ ਭਰੀਆਂ ਜਾਣ, ਇਹ ਸਾਰੀਆਂ ਮੰਗਾਂ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਨੌਜਵਾਨਾਂ ਦੀਆਂ ਬੀਬੀਆਂ ਦੀਆਂ ਇਹ ਮੰਗਾਂ ਵਾਂ। ਇਹ ਮੰਗਾਂ ਵਾਸਤੇ ਪੱਕਾ ਮੋਰਚਾ ਹੋਊਗਾ ਅਤੇ ਵੱਡਾ ਮੋਰਚਾ ਲਾਵਾਂਗੇ। 1 ਦਸੰਬਰ ਨੂੰ ਬੀਬੀਆਂ ਦਾ ਇਕੱਠ ਕਰਾਂਗੇ ਪੂਰੇ ਪੰਜਾਬ ਦੇ ਵਿੱਚ, ਫਾਜ਼ਿਲਕਾ ਦੇ ਵਿੱਚ ਵੀ ਅਤੇ ਪੰਜਾਬ ਦੇ ਵਿੱਚ ਵੀ ਬੀਬੀਆਂ ਪਿੰਡਾਂ 'ਚ ਆਉਣਗੀਆਂ, ਉਹ ਮੋਰਚਾ ਚਲਾਉਣਗੀਆਂ। 29 ਜਿਹੜਾ ਵਾ ਨਵੰਬਰ ਉਹਦਿਨ ਪੰਜਾਬ ਸਰਕਾਰ ਦੇ ਅਤੇ ਮੋਦੀ ਸਰਕਾਰ ਦੇ ਜਿਹੜੇ ਪੁਤਲੇ ਆ ਪੂਰੇ ਪੰਜਾਬ 'ਚ ਉੱਥੇ ਮੋਰਚੇ ਦੌਰਾਨ ਫੂਕੇ ਜਾਣਗੇ, ਅਤੇ ਅਗਾਂਹ ਵਾਲਾ ਮੋਰਚਾ ਵਾ ਉਹ ਤੇਜ਼ ਤੋਂ ਤੇਜ਼ ਕੀਤਾ ਜਾਊਗਾ। ਠੀਕ ਹੈ।